ਰਹਣਾ ਤੁਹਾਡੇ ਨਾਲ ਨੇ ਅਰਦਾਸ ਸਾਹਿਬ ਕੀ ਲੱਗ ਰਿਹਾ ਪਿਛਲੀਆਂ ਚੋਣਾਂ ਤੇ ਇਸ ਵਾਰ ਦੀਆਂ ਚੋਣਾਂ ਕਿੰਨਾ ਕੁ ਫਰਕ ਲੱਗਦਾ ਤੇ ਕਿਹੜੇ ਮੁੱਦੇ ਲੈ ਕੇ ਤੁਸੀਂ ਇਸ ਵੇਲੇ ਲੋਕਾਂ ਜਾ ਰਹੇ ਹੋ ਇੱਕ ਮਿੰਟ ਮੈਂ 2 ਚਾਂਸ ਤੁਸੀਂ ਆ ਇੱਕ ਪਿੰਡ ਜੀ ਇੱਕ ਮਿੰਟ ਆ ਇੱਕ ਮਿੰਟ ਜੀ ਤੁਹਾਨੂੰ ਜਰਾ ਕੈਮਰਾ ਘੁਮਾ ਕੇ ਵਿਖਾਓ ਮੈਂ ਵੋਟਾਂ ਮੰਗਾਂਗੇ ਇਸ ਆਪਣੀ ਡਿਵੈਲਪਮੈਂਟ ਤੇ ਇਹ ਪਿੰਡ ਦਾ ਸ਼ਮਸ਼ਾਨ ਘਾਟਿਆ ਤੁਸੀਂ ਅਜੇ ਆਪਾਂ ਸਟੈਂਪ ਕੀਤੀ ਤੇ ਗੱਡੀ 'ਚ ਜਾ ਰਹੇ ਆ ਤੇ ਇਹ ਪਹਿਲਾ ਪਿੰਡ ਆ ਸਾਰੇ ਪਿੰਡ ਆ ਔਰ ਇਹ ਸ਼ਮਸ਼ਾਨ ਘਾਟ ਦੇ ਕੋਲੋਂ ਦੇ ਅਸੀਂ ਬਾਈਚਾਂਸੀ ਲੰਘ ਗਏ ਆ ਕਿਉਂਕਿ ਮੈਂ ਸ਼ੀਨਾ ਰੇਲ ਵਾਲੇ ਜਾਣਾ ਸੀ ਤੇ ਇੱਥੇ ਅਸੀਂ ਆ ਗਏ ਮੇਰੇ ਪਿੰਡ ਮੇਰੀ ਇਹ ਤਕਰੀਬਨ ਰਹੀ ਆ ਕਿ ਇਲਾਕੇ ਦੇ ਵਿੱਚ ਡਵੈਲਪਮੈਂਟ ਕੀਤੀ ਜਾਵੇ ਔਰ ਇਸ ਇਲਾਕੇ ਨੂੰ ਜਿੰਨੂੰ ਕਿਹਾ ਜਾਂਦਾ ਸੀ ਕਿ ਬਾਰਡਰ ਦਾ ਇਲਾਕਾ ਇਹ ਬੈਕੋਡੇੜੀਆ ਹੁੰਦਾ ਤੇ ਤੁਸੀਂ ਆਸਪਿੰਡ ਚ ਵੀ ਜਾ ਕੇ ਆਓ ਜਿੱਥੇ ਆਪਾਂ ਪਹਿਲਾਂ ਮਸਟਕੋਟ ਬੈਠੇ ਆ ਤਾਨੂੰ ਬੈਕਵਰਡ ਲੱਗਾ ਕਿ ਕੀ ਐਵੇਂ ਸੜਕਾਂ ਪਿੰਡ ਦੀਆਂ ਗਲੀਆਂ ਨਾਲੀਆਂ ਵੇਖੋ ਬੈਂਚ ਲੱਗੇ ਹਰ ਥਾਂ ਚੀਜ਼ਾਂ ਲੱਗੀਆਂ ਤੇ ਜਿਹੜੀ ਚੀਜ਼ੇ ਕਹਣਾ ਕਿ ਗਲੀਆਂ ਮੈਂ ਗਲੀ ਤੇ ਕੋਈ ਰਹਿਣ ਨਹੀਂ ਦਿੱਤੀ ਇਹ ਹੁਣ ਫਰਸਟ ਕਲਾਸ ਜਿਹੜੀਆਂ ਨੇ ਰੋਡਸ ਬਣਾ ਦਿੱਤੀਆਂ ਨੇ ਸੁਖਿੰਦਰ ਦਾਵਾ ਨੂੰ ਲੱਗਦਾ ਕਿ ਲੋਕ ਇਨ੍ਹਾਂ ਕੰਮਾਂ ਨਾਲ ਖੁਸ਼ ਹੋ ਜਾਣਗੇ ਕਿਉਂਕਿ ਕਈ ਵੱਡੇ ਮੁੱਦੇ ਸੀ ਜਿਨ੍ਹਾਂ ਤੇ ਤੁਸੀਂ ਸਰਕਾਰ ਬਣਾਈ ਚਾਹੇਓ ਬੇਰੋਜ਼ਗਾਰੀ ਦਾ ਮੁੱਦਾ ਸੀ ਚਾਹੇਓ ਕਿਸਾਨੀ ਕਰਜ਼ ਦਾ ਮੁੱਦਾ ਸੀ ਚਾਹੇਓ ਨਸ਼ੇ ਦਾ ਮੁੱਦਾ ਸੀ ਕਿਤਨਾ ਕਿਤੇ ਵਿਰੋਧੀ ਲਗਾਤਾਰ ਪੁੱਛਦੇ ਨੇ ਜਾਂ ਆਮ ਲੋਕ ਵੀ ਪੁੱਛਦੇ ਨੇ ਕਿ ਉਹ ਮੁੱਦੇ ਸਿਰੇ ਨਹੀਂ ਲੱਗੇ ਰਹਿੰਦਾ ਉਹ ਸਭ ਵੇਖੋ ਗੱਲ ਸੁਣੋ ਜਿੱਥੇ ਉਹ ਵੀ ਮੁੱਦੇ ਸਿਰੇ ਲਾਉਣੇ ਨੇ ਤੇ ਮੇਰਾ ਖਿਆਲ ਹੈ ਕਿ ਆ ਜਿਹੜਾ ਪਿੰਡ ਨਾਨੋਹਾਰ ਨਹੀਂ ਹੈ ਜੇ ਇਹਦੇ ਦੁਆਲੇ ਵੀ ਫਿਰ ਲੀਏ ਤੇ ਪੰਜਾਬ ਪੁਰਾਣੀ ਵੀ ਦੇਖਣ ਲੱਗ ਪਈਏ ਬਹੁਤ ਕੋਸ਼ਿਸ਼ ਇਥੋਂ ਜਿਹੜੀ ਚੀਜ਼ਾਂ ਨਿਕਲੀਆਂ ਦੇਖੋ ਇਹ ਬੱਚੇ ਖੇਡ ਰਹੇ ਨੇ ਖੇਡ ਸਟੇਡੀਅਮ ਬਣਾਇਆ ਤੇ ਪਿੰਡ ਦੇ ਵਿੱਚ ਆ ਅੰਦਰ ਬਣਾਇਆ ਇਹ ਜਿਹੜੀਆਂ ਚੀਜ਼ਾਂ ਨੇ ਜਿੱਥੇ ਉਹਨਾਂ ਕੰਮਾਂ ਦੀ ਹੈਗੀ ਆ ਉਹ ਬੜੇ ਪ੍ਰਾਇੋਰਟੀ ਤੇ ਸੀ ਪਰ ਇੱਥੇ ਇਹ ਵੀ ਪਿੰਡਾਂ ਦੀ ਡਿਵੈਲਪਮੈਂਟ ਵੀ ਗੰਦੀਆਂ ਨਾਲੀਆਂ ਗੰਦੀਆਂ ਸੜਕਾਂ ਜੇ ਚੰਗੇ ਪਾਰਕ ਜਿੱਥੇ ਚੰਗੇ ਬੱਚਾ ਦੇ ਖੇਡਣ ਦਾ ਇਨਫਰਾਸਟ੍ਰਕਚਰ ਬਣਾ ਦਿੱਤਾ ਆ ਵੇਖੋ ਪਾਣੀ ਦੇ ਪਾਈਪਾਂ ਇਹ ਨਹਿਰ ਦਾ ਪਾਣੀ ਜਿਹੜਾ ਇੱਥੇ ਸਪਲਾਈ ਕਰਨ ਨੂੰ ਇਹ ਪਿੰਡਾਂ ਦੇ ਵਿੱਚ ਕੀਤਾ ਨਹਿਰ ਕਿਉਂਕਿ ਮੇਰਾ ਜਿਹੜਾ ਗਰਾਊਂਡ ਵਾਟਰ ਆ ਉਹ ਖਰਾਬ ਹੋ ਗਿਆ ਤੇ ਆ ਤੁਹਾਡੇ ਸਾਹਮਣੇ ਕਿ ਅਥੋਂ ਕੁੰਜਰ ਤੋਂ ਇਹਦੇ ਕੋਈ 180 ਪਿੰਡਾਂ ਦੇ ਵਿੱਚ 200 ਕਰੋੜ ਦਾ ਕੋਈ 200 ਸਵਾ 200 ਕਰੋੜ ਦਾ ਪ੍ਰੋਜੈਕਟ ਜਿਹੜਾ ਮਨਜ਼ੂਰ ਕਰਾ ਕੇ ਲਿਆਂਦਾ ਔਰ ਡੇਢ ਸਾਲ ਦੇ ਵਿੱਚ ਇਹ ਵੀ ਪਾਤਾ ਨਹੀਂ ਗੱਲ ਬਰਗਾੜੀ ਦੀ ਔਰ ਬੇਅਦਬੀ ਦੀ ਤੇ ਤੁਹਾਨੂੰ ਬਰੱਡ ਸਾਹਿਬ ਪਤਾ ਕਿ ਕਈ ਦਿਨ ਤੋਂ ਇਹਦੇ ਤੇ ਸਾਡੀ ਬੜੀ-ਬੜੀ ਬੈਸ ਚੱਲਦੀ ਰਹੀ ਤੇ ਬੜੀਆਂ ਲੜਾਈਆਂ ਵੀ ਚੱਲੀਆਂ ਸਾਡੀ ਪਾਰਟੀ ਚੋਂ ਚੱਲੀਆਂ ਇੱਕ ਦੂਜੇ ਉੱਤੇ ਅਸੀਂ ਐਲੀਗੇਸ਼ਨ ਕਾਉਂਟਰ ਐਂਡ ਐਲੀਗੇਸ਼ਨ ਬੜੇ ਸਾਡੇ ਲੱਗੇ ਸਭ ਤੋਂ ਵੱਡੀ ਗੱਲ ਜਿਹੜੀ ਇਹ ਆ ਮੈਂ ਇੱਕ ਜਿਹੜੇ ਤੁਸੀਂ ਅੱਜ ਗੱਲ ਸ਼ੁਰੂ ਕਰ ਦਿੱਤੀ ਆ ਕਿ ਲੋਕ ਪੁੱਛਦੇ ਨੇ ਮੈਂ ਵੀ ਪੁੱਛਣਾ ਚਾਹੁੰਨਾ ਲੋਕਾਂ ਤੁਹਾਡੇ ਰਾਂਹੀਂ ਤੁਹਾਡੇ মিডিਆ ਦੇ ਰਾਂਹੀਂ ਕਿ ਸਾਨੂੰ ਸਵਾਲ ਕਰਨ ਲੱਗਿਆਂ ਆ ਖਾਲੀ ਦਲ ਆਪਣੇ ਅੰਦਰ ਚਾਤੀ ਮਾਰੇ ਬੀਬੀ ਬਾਦਲ ਨੇ ਕਿਹਾ ਕਿ ਜਿੰਨੇ ਬੇਦਬੀ ਚ ਜਿਨ੍ਹਾਂ ਦਾ ਦਖਲ ਹੋਇਆ ਉਹਨਾਂ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਕਸਮ ਖਾਣੀ ਪਹਿਲੀ ਗੱਲ ਤੇ ਸਿੱਖੀ ਦੇ ਵਿੱਚ ਕਸਮ ਜਿਹੜੀ ਆ ਉਹ ਮਨਾਈ ਆ ਕਿ ਜਿਹੜਾ ਸਿੱਖ ਆ ਪਰਦਾਸ ਤੁਸੀਂ ਸਿੱਖੀ ਦੀ ਕਸਮ ਦੀ ਗੱਲ ਕੀਤੀ ਕੈਪਟਨ ਮਰਿੰਦਰ ਸਿੰਘ ਵਾਲੀ ਕਸਮ ਕੋਈ ਭੁੱਲਿਆ ਨਹੀਂ ਤੁਸੀਂ ਨਾਲ ਖੜੇ ਜਕਾਰੇ ਲਾ ਰਹੇ ਸੀ ਉਦੋਂ ਨਾਲ ਹੀ ਖੜੇ ਸੀ ਤੁਸੀਂ ਮੈਂ ਤੁਹਾਨੂੰ ਉਹ ਤੇ ਚ ਜਾਵਾਂਗਾ ਅੱਗੇ ਸਾਰਾ ਕੁਝ ਉਹਦੇ ਚ ਜਾਵਾਂਗਾ ਤੁਸੀਂ ਪਹਿਲਾਂ ਮੇਰੀ ਗੱਲ ਪੂਰੀ ਸੁਣੋ ਮੈਂ ਤੁਹਾਨੂੰ ਕਿਹਾ ਕਿ ਮੈਂ ਇਹ ਤੇ ਨਹੀਂ ਕਿਹਾ ਕਿ ਉਹਨੇ ਖਾਧੀ ਮੈਂ ਉਸ ਆਪਣੀ ਮਹਾਨਅਸਤੀ ਤੇ ਵੀ ਆਵਾਂਗਾ ਜਿੰਨੇ ਸਾਰਿਆਂ ਦਾ ਤੇ ਅੱਜ ਉਹਦਾ ਹਾਲ ਕੀ ਆ 22 ਬੰਦੇ ਖੜੇ ਕਿਤੇ 6 ਦੌੜ ਹੀ ਗਏ ਤੇ ਜਿਹੜੇ ਖੜੇ ਕਿਤੇ ਉਹਨਾਂ ਚ ਇੱਕ ਵੀ ਕੋਈ ਲੀਡਰ ਨਹੀਂ ਕੋਈ ਬੰਦਾ ਨਹੀਂ 3 ਜਿਹੜੇ ਗ੍ਰੇਡ ਤੇ ਬੰਦੇ ਸੀ ਉਹ ਖੜੇ ਕਿਤੇ ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਦੀ ਆਪਣੀ ਗੱਡੀ ਨੂੰ ਹੱਥ ਵੀ ਨਹੀਂ ਸੀ ਲਾਉਣ ਦਿੱਤਾ ਅੱਜ ਉਹਨਾਂ ਬੰਦਿਆਂ ਨੂੰ ਉਹ ਇਹਨਾਂ ਨੇ ਟਿਕਟਾਂ ਦਿੱਤੀਆਂ ਤੇ ਇਹਦੇ ਤੋਂ ਵੱਧ ਗੁਰੂ ਦੀ ਚਪੇੜ ਕੀ ਵੱਸ ਸਕਦੀ ਆ